ਤੇ ਹੁਣ ਸੁਰੱਖਿਆ ਦਾ ਵਿਸਥਾਰ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਭਗਵੰਤ ਮਾਨ ਦੀ। ਆਮ ਆਦਮੀ ਪਾਰਟੀ ਦਿੱਲੀ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਕਾਫੀ ਉਤਸ਼ਾਹਿਤ ਹੈ। ਅੱਜ ਫਿਰ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਲੀਡਰ ਭਗਵੰਤ ਮਾਨ ਦੇ ਖੱਬੇ ਸੱਜੇ ਬੈਠੇ ਅਤੇ ਪੂਰੇ ਉਤਸ਼ਾਹ ਨਾਲ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੱਤਾ। ਸਭ ਤੋਂ ਵੱਧ ਸਵਾਲ ਸਿੱਧੂ ਬਾਰੇ ਹੋਏ। ਭਗਵੰਤ ਮਾਨ ਨੂੰ ਜਦੋਂ ਸਿੱਧੂ ਬਾਰੇ ਸਵਾਲ ਕੀਤਾ ਗਿਆ ਤਾਂ ਭਗਵੰਤ ਮਾਨ ਨੇ ਸਿੱਧੂ ਦੀ ਜੰਮ ਕੇ ਤਾਰੀਫ ਕੀਤੀ, ਸਿੱਧੂ ਦੀ ਇਮਾਨਦਾਰੀ ਦਾ ਗੁਣਗਾਨ ਕੀਤਾ, ਪਰ ਭਗਵੰਤ ਮਾਨ ਨਾਲ ਨਾਲ ਇਹ ਵੀ ਕਹਿ ਗਏ ਕਿ ਸਾਡੀ ਅਫੀਸ਼ੀਅਲ ਤੌਰ 'ਤੇ ਨਵਜੋਤ ਸਿੰਘ ਸਿੱਧੂ ਨਾਲ ਕੋਈ ਗੱਲਬਾਤ ਨਹੀਂ ਹੋਈ। ਹਾਲਾਂਕਿ ਜਦੋਂ ਪੱਤਰਕਾਰਾਂ ਨੇ ਇਹ ਪੁੱਛਿਆ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਊ ਤਾਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ਮੁੱਖ ਮੰਤਰੀ ਦਾ ਚਿਹਰੇ ਦੀ ਜ਼ਿਆਦਾ ਅਹਿਮੀਅਤ ਨਹੀਂ, ਪੰਜਾਬ ਦੇ ਮੁੱਦਿਆਂ ਦੀ ਜ਼ਿਆਦਾ ਅਹਿਮੀਅਤ ਹੈ। ਸੋ ਇੱਕ ਤਰੀਕੇ ਨਾਲ ਕਿਤੇ ਨਾ ਕਿਤੇ ਭਗਵੰਤ ਮਾਨ ਮੁੱਖ ਮੰਤਰੀ ਦੇ ਚਿਹਰੇ ਦੇ ਰੂਪ 'ਤੇ ਜਦੋਂ ਸਵਾਲ ਕੀਤਾ ਜਾਂਦਾ ਹੈ ਤਾਂ ਬੜੇ ਕਨਫਿਊਜ਼, ਬੜੇ ਟੈਂਸ਼ਨ 'ਚ, ਬੜੀ ਦੁਚਿੱਤੀ 'ਚ, ਬੜੀ ਹੈਰਾਨੀ 'ਚ ਪੈ ਜਾਂਦੇ ਨੇ। ਅਜਿਹਾ ਕਿਉਂ? ਇਹ ਵੀ ਆਪਣੇ ਆਪ 'ਚ ਸਵਾਲ ਹੈ। ਭਗਵੰਤ ਮਾਨ ਦੀਆਂ ਦੋਵੇਂ ਅਹਿਮ ਗੱਲਾਂ ਸੁਣਦੇ ਹਾਂ। ਸਿੱਧੂ ਸਾਹਿਬ ਦੇ ਕਿਰਦਾਰ 'ਤੇ ਕੋਈ ਡਾਊਟ ਨਹੀਂ, ਉਹ ਇਮਾਨਦਾਰ ਨੇ। ਮੈਂ ਤਾਂ ਉਹਨਾਂ ਦਾ ਉਹ ਕ੍ਰਿਕਟ ਵੇਲੇ ਤੋਂ ਫੈਨ ਹਾਂ। ਜਦੋਂ ਉਹ ਮਨੋਜ ਪ੍ਰਭਾਕਰ ਨਾਲ ਜਾਂ ਸ਼੍ਰੀਕਾਂਤ ਨਾਲ ਓਪਨਿੰਗ ਕਰਨ ਆਉਂਦੇ ਹੁੰਦੇ ਸੀ ਤਾਂ ਜਦੋਂ ਉਹ ਆਊਟ ਹੋ ਜਾਂਦੇ ਸੀ ਮੈਂ ਟੀਵੀ ਬੰਦ ਕਰ ਦਿੰਦਾ ਸੀ। ਇਹ ਗੱਲ ਸਿੱਧੂ ਸਾਹਿਬ ਨੂੰ ਪਤਾ ਕਿਉਂਕਿ ਲਾਫਟਰ ਚੈਲੰਜ ਅਸੀਂ ਇਕੱਠੇ ਰਹੇ ਹਾਂ, ਮੈਂ ਤਾਂ ਜੱਜ ਕਰਦੇ ਰਹੇ। ਪਰ ਹਜੇ ਤੱਕ ਆਫਿਸ਼ੀਅਲ ਲੈਵਲ 'ਤੇ ਸਾਡੀ ਉਹਨਾਂ ਨਾਲ ਕੋਈ ਬਾਤਚੀਤ ਕੋਈ ਗੱਲਬਾਤ ਨਹੀਂ ਹੋਈ। ਹਾਂ, ਉਹ ਕਿਉਂ ਨਹੀਂ ਗਏ ਜਾਂ ਸਟਾਰ ਪ੍ਰਚਾਰਕ ਹੋਣ ਦੇ ਬਾਵਜੂਦ ਪ੍ਰਚਾਰ ਕਰਨ, ਕਿਉਂਕਿ ਇਹ ਉਹਨਾਂ ਦੇਖੋ ਕਾਂਗਰਸ ਦਾ ਇੰਟਰਨਲ ਮਾਮਲਾ ਹੈ। ਪਰ ਇਹ ਗੱਲ ਕਲੀਅਰ ਹੈ ਕਿ ਸਾਡੇ ਨਾਲ ਉਹਨਾਂ ਦੀ ਕੋਈ ਆਫਿਸ਼ੀਅਲ ਹਜੇ ਤੱਕ ਗੱਲਬਾਤ ਨਹੀਂ ਹੋਈ। ਸਰ, ਪੰਜਾਬ ਦੀ ਪ੍ਰੋਬਲਮ ਸੀਐਮ ਦਾ ਫੇਸ ਨਹੀਂ ਹੈਗੀ, ਪੰਜਾਬ ਦੀਆਂ ਪ੍ਰੋਬਲਮਾਂ ਜਿਹੜੀਆਂ ਮੈਂ ਹੁਣ ਗਣਾਈਆਂ ਨੇ ਉਹ ਨੇ। ਇਹ ਪਤਾ ਕੀ, ਕੋਈ ਵੀ ਜਦੋਂ ਪਾਰਟੀ ਬੈਠੂਗੀ ਉਹ ਕੋਈ ਵੀ ਡਿਸੀਜਨ ਲਊਗੀ, ਸਾਨੂੰ ਸਾਰਿਆਂ ਨੂੰ ਉਹ ਜਿਹੜਾ ਹੈ ਉਹ ਅਸੀਂ ਮੰਨਾਂਗੇ। ਅਸੀਂ ਤਾਂ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਾਂ, ਖੜ੍ਹੇ ਹਾਂ ਅਸੀਂ ਤਾਂ। ਮੈਂ ਤਾਂ ਕਹਿੰਦਾ ਸਾਰਿਆਂ ਨੂੰ ਆਉਣਾ ਚਾਹੀਦਾ, ਕਿਉਂ ਡੋਂਟ ਓਨਲੀ ਸਿੱਧੂ। ਉੱਧਰ ਬਿਕਰਮ ਮਜੀਠੀਆ ਨੇ ਵੀ ਨਵਜੋਤ ਸਿੰਘ ਸਿੱਧੂ 'ਤੇ ਅੱਜ ਰਿਐਕਸ਼ਨ ਦਿੱਤਾ। ਬਿਕਰਮ ਮਜੀਠੀਆ ਕਹਿੰਦਾ ਕਿ ਪ੍ਰਗਟ ਸਿੰਘ ਨੇ ਜਿਹੜੀ ਚਿੱਠੀ ਲਿਖੀ ਹੈ ਅਸਲ 'ਚ ਉਹਦੇ ਪਿੱਛੇ ਪ੍ਰਗਟ ਸਿੰਘ ਦਾ ਯਾਰ ਬੋਲਦਾ ਹੈ। ਬਿਕਰਮ ਮਜੀਠੀਆ ਵੀ ਅੱਜ ਕੱਲ੍ਹ ਭਗਵੰਤ ਮਾਨ ਦੀ ਤਰ੍ਹਾਂ ਹਾਸੇ ਪਾਉਣ ਵਾਲੇ ਲੀਡਰ ਬਣ ਗਏ ਨੇ। ਬਿਕਰਮ ਮਜੀਠੀਆ ਦੀ ਗੱਲ ਸੁਣਦੇ ਹਾਂ। ਕਿਹੜੀ ਪਾਰਟੀ 'ਚ ਜਾ ਸਕਦੇ ਨਹੀਂ ਜਾ ਸਕਦੇ ਤਾਂ ਉਹ ਦੱਸ ਸਕਦੇ ਆ, ਮਗਰ ਜੇ ਉਹਨਾਂ ਬਾਰੇ ਕੋਈ ਇੱਕ ਜਿਹੜਾ ਗੀਤ ਹੈ ਨਾ, ਤੂੰ ਨਹੀਂ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ, ਜਿਹੜਾ ਪ੍ਰਗਟ ਸਿੰਘ ਹੈ ਨਾ ਉਹ ਆਪ ਨਹੀਂ ਬੋਲਿਆ, ਉਹ ਯਾਰ ਬੋਲਿਆ। ਇਸ ਲਈ ਤੁਸੀਂ ਇਹ ਹਮੇਸ਼ਾ ਨਵਜੋਤ ਸਿੰਘ ਸਿੱਧੂ ਦੀ ਆਦਤ ਰਹੀ ਹੈ, ਕਦੇ ਆਪਦੀ ਘਰ ਦੀ ਤੋਂ ਪਹਿਲਾਂ ਬੁਲਾਉਂਦੇ ਆ, ਹੁਣ ਐਤਕੀ ਉਹਨਾਂ ਨੇ ਇਹਨਾਂ ਨੂੰ ਬੁਲਾਇਆ, ਥੋੜ੍ਹਾ ਇਹ ਪਾਣੀ ਟੈਸਟ ਕਰਨਗੇ ਫਿਰ ਉਹ ਬੋਲਣਗੇ ਔਰ ਬੋਲਣਗੇ ਇਸੇ ਲਾਈਨ 'ਤੇ। ਇਸ ਲਈ ਇਹ ਕਾਂਗਰਸ ਦੀ ਅੰਦਰ ਘੇਰਾਬੰਦੀ ਸ਼ੁਰੂ ਹੋਈ ਹੈ, ਹੋਵੇ ਨਾ ਹੋਵੇ ਇਹਨਾਂ ਨੇ ਕਿਸੇ ਨੇ ਮੁੱਖ ਮੰਤਰੀ ਬਣਨਾ, ਕਿਸੇ ਨੇ ਮੰਤਰੀ ਬਣਨਾ, ਉਹ ਬਣਨ ਨਾ ਬਣਨ ਇਹ ਕਾਂਗਰਸ ਦਾ ਕੰਮ ਹੈ, ਇਸ ਲਈ ਉਹ ਕਾਂਗਰਸ ਹੀ ਦੱਸੇ ਮੇਰਾ। ਕੁਛ ਸਮਾਂ ਪਹਿਲਾਂ ਅਮਨ ਅਰੋੜਾ ਨੇ ਵੀ ਬਿਆਨ ਦਿੱਤਾ ਸੀ ਨਵਜੋਤ ਸਿੰਘ ਸਿੱਧੂ 'ਤੇ। ਪੱਤਰਕਾਰ ਆਮ ਆਦਮੀ ਪਾਰਟੀ ਤੋਂ ਲਗਾਤਾਰ ਇਹ ਸਵਾਲ ਪੁੱਛਦੇ ਨੇ ਕਿ ਕੀ ਤੁਸੀਂ ਸਿੱਧੂ ਨਾਲ ਗੱਲਬਾਤ ਕਰ ਰਹੇ ਹੋ, ਸਿੱਧੂ ਨੂੰ ਸੱਦਾ ਮਾਰੋਗੇ। ਅਮਨ ਅਰੋੜਾ ਨੇ ਕੀ ਕਿਹਾ? ਅਮਨ ਅਰੋੜਾ ਕਹਿੰਦਾ ਕਿ ਤੁਸੀਂ ਸਿੱਧੂ ਕੋਲੋਂ ਪ੍ਰਪੋਜ਼ਲ ਲਿਆਓ, ਫਿਰ ਅਸੀਂ ਦੱਸਾਂਗੇ ਕਿ ਕੀ ਅਸੀਂ ਨਵਜੋਤ ਸਿੰਘ ਸਿੱਧੂ ਬਾਰੇ ਕੀ ਫੈਸਲਾ ਕਰਦੇ ਹਾਂ। ਅਮਨ ਅਰੋੜਾ ਦੀ ਗੱਲ ਵੀ ਸੁਣ ਲਓ। ਦੇਖੋ, ਨਵਜੋਤ ਸਿੰਘ ਸਿੱਧੂ ਜੀ ਬਾਰੇ ਉਹ ਮੇਰੇ ਵੱਡੇ ਭਰਾ ਨੇ, ਮੈਂ ਬਹੁਤ ਸਤਿਕਾਰ ਕਰਦਾ, ਇਸ ਗੱਲ ਕਰਕੇ ਕਰਦਾ ਕਿ ਉਹ ਬੜੀ ਸਪਸ਼ਟਤਾ ਦੇ ਨਾਲ, ਇਮਾਨਦਾਰੀ ਦੇ ਨਾਲ, ਸਾਫ਼ ਗੋਈ ਦੇ ਨਾਲ ਉਹ ਸਹੀ ਨੂੰ ਸਹੀ, ਗਲਤ ਨੂੰ ਗਲਤ ਕਹਿਣ ਦਾ ਹੀਆ ਰੱਖਦੇ ਨੇ, ਦਮ ਰੱਖਦੇ ਨੇ, ਅਤੇ ਮੈਂ ਇਹੋ ਜਿਹੇ ਮਰਦ ਬੰਦੇ ਦੀ ਕਦਰ ਕਰਦਾ। ਹੁਣ ਇਹ ਸਵਾਲ ਰਿਹਾ ਵੀ ਉਹ ਆਉਣਗੇ ਕਿ ਨਹੀਂ ਆਉਣਗੇ, ਤੁਸੀਂ ਉਹਨਾਂ ਵੱਲੋਂ ਪ੍ਰਪੋਜ਼ਲ ਲੈ ਕੇ ਆਓ, ਮੈਂ ਤੁਹਾਨੂੰ ਫਿਰ ਦੱਸੂੰਗਾ ਵੀ ਅਸੀਂ ਉਹਨਾਂ ਸਵਾਗਤ ਕਰਦੇ ਹਾਂ ਕਿ ਨਹੀਂ ਕਰਦੇ, ਕਿ ਪ੍ਰਪੋਜ਼ਲ ਤਾਂ ਲੈ ਕੇ ਆਓ ਨਾ, ਸਵਾਲ ਉਹੀ ਚੱਲ ਰਹੇ ਨੇ। ਉਧਰ ਪੰਜਾਬ 'ਚ ਨਵੀਂ ਤਰ੍ਹਾਂ ਦੀ ਸਿਆਸਤ ਪ੍ਰਗਟ ਸਿੰਘ ਨੇ ਵੀ ਸ਼ੁਰੂ ਕੀਤੀ ਹੈ। ਚਿੱਠੀ ਲਿਖੀ ਸੋਨੀਆ ਗਾਂਧੀ ਨੂੰ, ਕੈਪਟਨ ਦੇ ਖਿਲਾਫ਼ ਜੰਮ ਕੇ ਭੜਾਸ ਕੱਢੀ, ਕੈਪਟਨ ਨੂੰ ਕਹਿ ਦਿੱਤਾ ਕਿ ਤੁਸੀਂ 2002 ਤੋਂ 2007 ਵਾਲੇ ਮੁੱਖ ਮੰਤਰੀ ਨਹੀਂ ਲੱਗਦੇ। ਕੈਪਟਨ ਅਮਰਿੰਦਰ ਨੇ ਤੁਰੰਤ ਪ੍ਰਗਟ ਸਿੰਘ ਨੂੰ ਬੁਲਾਇਆ ਕਿਉਂਕਿ ਪ੍ਰਗਟ ਸਿੰਘ ਇੱਕ ਵੱਡਾ ਸਿਤਾਰਾ ਵੀ ਹੈ, ਸੈਲੀਬ੍ਰਿਟੀ ਵੀ ਹੈ, ਸਿੱਧੂ ਦਾ ਖਾਸ ਦੋਸਤ ਵੀ ਹੈ। ਪ੍ਰਗਟ ਸਿੰਘ ਜਦੋਂ ਕੈਪਟਨ ਅਮਰਿੰਦਰ ਨੂੰ ਮਿਲ ਕੇ ਆਏ ਤਾਂ ਕੈਪਟਨ ਅਮਰਿੰਦਰ ਨੂੰ ਕੀ ਕਿਹਾ ਪ੍ਰਗਟ ਸਿੰਘ ਨੇ, ਪ੍ਰਗਟ ਸਿੰਘ ਦੀ ਜ਼ੁਬਾਨੀ ਸੁਣਦੇ ਹਾਂ। ਡਿਸਕਸ਼ਨ ਹੋਈ ਆ, ਦੇਖੋ ਮੈਨੂੰ ਇਹ ਲੱਗਦਾ ਕਿ ਮੈਂ ਸੀਐਮ ਸਾਹਿਬ ਨੂੰ ਬੜਾ ਕਲੀਅਰ ਕੱਟ ਗਿਆ, ਮੈਂ ਕਿਹਾ ਜੀ ਵੀ ਲੋਕ ਜਿਹੜੇ ਆ ਉਹ ਕੈਪਟਨ ਅਮਰਿੰਦਰ ਸਿੰਘ 1984 ਵਾਲਾ ਅਤੇ 2002 ਵਾਲਾ ਕੈਪਟਨ ਅਮਰਿੰਦਰ ਸਿੰਘ ਨੂੰ ਦੇਖਦੇ ਆ, ਅਤੇ 2017 'ਚ ਵੋਟਾਂ ਵੀ ਇਸੇ ਕਰਕੇ ਪਈਆਂ ਸੀ, ਸਾਡੀ ਉਹ ਪਰਸੈਪਸ਼ਨ ਨਹੀਂ ਹੈਗੀ। ਜਿਹੜੇ ਮੈਂ ਇਸ਼ੂ ਖੜ੍ਹੇ ਕੀਤੇ ਆ ਇਸ਼ੂ ਹੈਗੇ ਆ, ਕਿਉਂਕਿ ਆਫਿਸਰ ਦੀ ਕੀ ਪ੍ਰੋਬਲਮ ਹੈ, ਆਫਿਸਰ ਉਹੀ ਦਿਖਾਉਣਾ ਚਾਹੁੰਦੇ ਆ ਜੋ ਦਿਖਾਉਣਾ ਚਾਹੁੰਦੇ ਆ।
ਔਰ ਮੈਂ ਕਿਹਾ ਜੀ ਲੋਕ ਇਹ ਇਮੇਜ ਚਾਹੁੰਦੇ ਆ ਵੀ ਹਾਂ ਵੀ ਉਹੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਜਿਨ੍ਹਾਂ ਨੇ ਬੇਸਿਕਲੀ ਜੇ ਪੋਲੀਟੀਕਲ ਬੰਦੇ ਮਾੜੇ ਸੀ ਉਹਨਾਂ ਨੂੰ ਅੰਦਰ ਦਿੱਤਾ ਕਿ ਹਿਟਲਰ ਦੀ ਬਾਇਓਗ੍ਰਾਫੀ ਭੇਜੀ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਭੇਜੀ ਸੀ ਨਾ ਤੁਹਾਨੂੰ ਵੀ ਪਤਾ ਵੀ ਭੇਜੀ ਸੀ ਅੱਛਾ ਇਮੇਜ ਕੀ ਬਣ ਰਹੀ ਆ ਉਹ ਦਿੱਲੀ ਦੇ ਵਿੱਚ ਕੀ ਹੋ ਰਿਹਾ ਔਰ ਜੇ ਇੱਥੋਂ ਕਾਂਗਰਸ ਮਰਦੀ ਆ ਅਤੇ ਫਿਰ ਉਹ ਹਿਟਲਰ ਦੀ ਆਈਡੀਆਲੋਜੀ ਇੱਥੇ ਪੰਜਾਬ ਦੇ ਵਿੱਚ ਵੀ ਜ਼ਰੂਰ ਆਊਗੀ ਅਸੀਂ ਪੰਜਾਬ 'ਚ ਤਾਂ ਵਿਰੋਧ ਕਰਾਂਗੇ ਸੋ ਪ੍ਰਮੁੱਖ ਖਬਰਾਂ ਦੇ ਉੱਤੇ ਲਾਈਵ ਵਿਸ਼ਲੇਸ਼ਣ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਵਿਜੇ ਮੌਰਿਆ ਮੌਰਿਆ ਸਾਹਿਬ ਤੁਸੀਂ ਕਿਵੇਂ ਵੇਖ ਰਹੇ ਹੋ ਜੇ ਪੀ ਨੱਡਾ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੀ ਕੋਠੀ ਬਾਦਲ ਪਿੰਡ ਮਿਲਣ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਰਵੱਈਏ 'ਚ ਬਦਲਾਅ ਕੀ ਇਹਨੂੰ ਯੂ ਟਰਨ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ ਜਾਂ ਭਾਰਤੀ ਜਨਤਾ ਪਾਰਟੀ ਸਮਝ ਗਈ ਕਿ ਹਜੇ ਅਸੀਂ ਉਸ ਪੁਜੀਸ਼ਨ 'ਚ ਨਹੀਂ ਹਾਂ ਕਿ ਇਕੱਲੇ ਚੋਣਾਂ ਲੜੀਏ ਕੀ ਤੁਹਾਨੂੰ ਲੱਗਦਾ ਹੈ ਕਿ ਅਕਾਲੀ ਦਲ ਦੇ ਨਾਲ ਸਾਂਝ ਵਧਾਉਣ ਦੀਆਂ ਕੋਸ਼ਿਸ਼ਾਂ ਨੇ ਜੇ ਪੀ ਨੱਡੇ ਦੀਆਂ ਜਾਂ ਪ੍ਰਧਾਨ ਬਣਨ ਤੋਂ ਬਾਅਦ ਰਸਮੀ ਤੌਰ 'ਤੇ ਆਸ਼ੀਰਵਾਦ ਲੈਣ ਆਏ ਨੇ ਜੇ ਪੀ ਨੱਡਾ ਪ੍ਰਕਾਸ਼ ਸਿੰਘ ਬਾਦਲ ਦਾ ਮਹਾਰਾਜ ਸਾਹਿਬ ਇਹ ਵੀ ਨਾਲ ਨਾਲ ਸਵਾਲ ਦਾ ਜਵਾਬ ਦੇ ਦਿਓ ਬੀਜੇਪੀ ਦੇ ਕਈ ਲੀਡਰ ਕਹਿ ਰਹੇ ਸੀ ਅਸੀਂ 59 ਸੀਟਾਂ 'ਤੇ ਲੜਨਾ ਕੀ ਹੁਣ ਇਹ ਬਿਆਨਬਾਜ਼ੀ ਖਤਮ ਹੋਏਗੀ ਦੋਨੇ ਪਾਰਟੀਆਂ ਆਪਸ 'ਚ ਮਿਲ ਕੇ ਅੱਗੇ ਵਧਣਗੀਆਂ ਜਾਂ ਇਹ ਗੱਲਬਾਤ ਹੈ ਜਿਹੜੀ ਇਸ ਤੋਂ ਬਾਅਦ ਰਿਸ਼ਤੇ ਹੋਰ ਖਟਾਸ ਵਾਲੇ ਹੋ ਜਾਣਗੇ ਇਹਦੇ ਨਾਲ ਨਾਲ ਭਗਵੰਤ ਮਾਨ ਨੇ ਜਿਹੜਾ ਰਿਐਕਸ਼ਨ ਦਿੱਤਾ ਸਿੱਧੂ ਬਾਰੇ ਭਗਵੰਤ ਮਾਨ ਕਹਿੰਦੇ ਕਿ ਵਾਰ ਵਾਰ ਕਹਿੰਦੇ ਨੇ ਭਗਵੰਤ ਮਾਨ ਕਿ ਸਿੱਧੂ ਇਮਾਨਦਾਰ ਹੈ ਸਿੱਧੂ ਚੰਗਾ ਲੀਡਰ ਹੈ ਪਰ ਸਾਡੀ ਉਹਦੇ ਨਾਲ ਕੋਈ ਗੱਲ ਨਹੀਂ ਹੋਈ ਕੀ ਭਗਵੰਤ ਮਾਨ ਇਸ ਗੱਲ ਨੂੰ ਲੈ ਕੇ ਥੋੜ੍ਹੇ ਜਿਹੇ ਅਸੁਰੱਖਿਅਤ ਮਹਿਸੂਸ ਕਰਦੇ ਨੇ ਕਿ ਜੇ ਸਿੱਧੂ ਆਮ ਆਦਮੀ ਪਾਰਟੀ 'ਚ ਆ ਗਿਆ ਤਾਂ ਸਿੱਧੂ ਮੁੱਖ ਮੰਤਰੀ ਦਾ ਚਿਹਰਾ ਬਣ ਸਕਦਾ ਕੀ ਕਿਤੇ ਨਾ ਕਿਤੇ ਭਗਵੰਤ ਮਾਨ ਹਜੇ ਵੀ ਅੜਿੱਕਾ ਨੇ ਸਿੱਧੂ ਦੇ ਆਮ ਆਦਮੀ ਪਾਰਟੀ 'ਚ ਆਉਣ ਬਾਰੇ ਸੱਦੇ ਨੂੰ ਲੈ ਕੇ ਕਿਉਂਕਿ ਸੱਦਾ ਹੀ ਨਹੀਂ ਆਮ ਆਦਮੀ ਪਾਰਟੀ ਨੇ ਹਾਲੇ ਤੱਕ ਲਾਇਆ ਇੱਕ ਮੁਕੰਮਲ ਛੋਟਾ ਜਿਹਾ ਵਿਸ਼ਲੇਸ਼ਣ ਮੌਰਾ ਸਾਹਿਬ ਤੁਹਾਡੇ ਤੋਂ ਚਾਹੁੰਦਾ ਡੱਲਾ ਸਾਹਿਬ ਜੇ ਪੀ ਨੱਡਾ ਦੀ ਜਿਹੜੀ ਕੱਲ੍ਹ ਬਠਿੰਡੇ ਫੇਰੀ ਹੋਣ ਜਾ ਰਹੀ ਹੈ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਜਾ ਰਹੇ ਨੇ ਇਹਦਾ ਸਭ ਤੋਂ ਵੱਡਾ ਇੱਕ ਮੈਸੇਜ ਇਹ ਹੈ ਕਿ ਬੀਜੇਪੀ ਦੇ ਹਾਲ ਦੇ ਵਿੱਚ ਹੀ ਜਿਹੜੇ ਸੀਨੀਅਰ ਲੀਡਰ ਨੇ ਮਦਨ ਮੋਹਨ ਮਿੱਤਲ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ 59 ਸੀਟਾਂ ਬੀਜੇਪੀ ਮੰਗੇਗੀ ਔਰ ਅਸੀਂ ਚੁਣਾਵ ਉਹਨਾਂ 'ਤੇ ਲੜਾਂਗੇ ਔਰ ਇੱਕ ਤਰ੍ਹਾਂ ਦੇ ਨਾਲ ਇਹ ਜਿਹੜਾ ਬਿਆਨ ਆਇਆ ਸੀ ਉਸ ਤੋਂ ਬਾਅਦ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਵਿੱਚ ਬੜਾ ਇੱਕ ਰੋਸ ਆ ਗਿਆ ਸੀਗਾ ਕਿ ਵੀ ਇਸ ਤਰ੍ਹਾਂ ਦੇ ਬਿਆਨ ਕਿਉਂ ਆ ਰਹੇ ਗਠਬੰਧਨ ਦੇ ਵਿੱਚ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਆਪਾਂ ਪਿੱਛੇ ਥੋੜ੍ਹਾ ਚੱਲਦੇ ਹਾਂ ਉਹਦੇ 'ਚ ਵੀ ਜਿਵੇਂ ਦਿੱਲੀ ਦੇ ਵਿੱਚ ਜੋ ਅਕਾਲੀ ਦਲ ਬੀਜੇਪੀ 'ਚ ਹੋਇਆ ਹਰਿਆਣੇ 'ਚ ਜੋ ਹੋਇਆ ਔਰ ਉਸ ਤੋਂ ਬਾਅਦ ਦੋਨੋਂ ਲੀਡਰਸ਼ਿਪ ਵੱਲੋਂ ਲਗਾਤਾਰ ਕੋੜੇ ਬਿਆਨ ਆ ਰਹੇ ਸੀਗੇ ਔਰ ਹਾਲ ਦੇ ਵਿੱਚ ਹੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਜਿਹੜਾ ਅੰਮ੍ਰਿਤਸਰ ਦੀ ਰੈਲੀ 'ਚ ਕਿਹਾ ਕਿ ਬੀਜੇਪੀ ਨੂੰ ਦੇਸ਼ ਦੀ ਜਿਹੜੀ ਸੈਕੂਲਰਿਜ਼ਮ ਹੈ ਜੋ ਸੰਵਿਧਾਨ ਦੀ ਮੁੱਖ ਧਾਰਾ ਹੈ ਕਿ ਧਰਮ ਨਿਰਪੇਕਸ਼ ਸਾਡਾ ਦੇਸ਼ ਹੈ ਇੱਥੇ ਉਹਦੀ ਮਤਲਬ ਕਿ ਜਿਹੜੀ ਇਸ ਰਾਸਤੇ 'ਤੇ ਹੀ ਚੱਲਣਾ ਚਾਹੀਦਾ ਕਿਸੇ ਵੀ ਰਾਜਨੀਤਿਕ ਦਲ ਨੂੰ ਧਰਮ ਨਿਰਪੇਕਸ਼ਤਾ ਦਾ ਜਿਹੜਾ ਜਿਹੜੀ ਲਾਈਨ ਹੈ ਉਹਨੂੰ ਨਹੀਂ ਛੱਡਣੀ ਚਾਹੀਦੀ ਕਿਉਂਕਿ ਸਾਡੇ ਦੇਸ਼ ਦੀ ਖੂਬਸੂਰਤੀ ਹੀ ਉਹੀ ਹੈ ਕਿ ਮਤਲਬ ਜਿਸ ਤਰ੍ਹਾਂ ਇੱਥੇ ਅਨੇਕੋ ਜਾਤੀਆਂ ਅਨੇਕ ਭਾਸ਼ਾਵਾਂ ਦੇ ਲੋਕ ਰਹਿੰਦੇ ਆ ਆਪਸ ਏਕਤਾ ਨਾਲ ਰਹਿੰਦੇ ਆ ਇਹ ਉਹੀ ਖੂਬਸੂਰਤੀ ਨਾਲ ਗੁਲਦਸਤਾ ਬਣਿਆ ਰਹਿਣਾ ਚਾਹੀਦਾ ਕਿਸੇ ਇੱਕ ਪਕਸ਼ ਦੀ ਗੱਲ ਨਹੀਂ ਕਰਨੀ ਚਾਹੀਦੀ ਤੋ ਇਹ ਜਿਹੜਾ ਇੱਕ ਬਿਆਨ ਆਇਆ ਸੀ ਬੜਾ ਵੱਡਾ ਬਿਆਨ ਸੀਗਾ ਜਿਹਦੇ ਕਰਕੇ ਬੀਜੇਪੀ ਦੇ ਵਿੱਚ ਕਿਤੇ ਨਾ ਕਿਤੇ ਮੈਸੇਜ ਗਿਆ ਔਰ ਇਹ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਜਿਸ ਤਰ੍ਹਾਂ ਬੀਜੇਪੀ ਔਰ ਅਕਾਲੀ ਦਲ ਦੇ ਵਿੱਚ ਦਰਾਰ ਆਏ ਸੀ ਉਹਨੂੰ ਦਰਾਰ ਨੂੰ ਭਰਨ ਲਈ ਜੇ ਪੀ ਨੱਡਾ ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਆ ਰਹੇ ਕੁਛ ਘੰਟਿਆਂ ਦੇ ਵਿੱਚ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣਗੇ ਔਰ ਸਾਰੇ ਮਸਲਿਆਂ 'ਤੇ ਗੱਲ ਕਰਨਗੇ ਨਾ ਸਿਰਫ ਪੰਜਾਬ ਦੇ ਵਿਧਾਨ ਸਭਾ ਸੀਟਾਂ 'ਤੇ ਚੋਣਾਂ ਲੜਨ ਨੂੰ ਲੈ ਕੇ ਬਲਕਿ ਜੋ ਆਏ ਦਿਨ ਬਿਆਨਬਾਜ਼ੀ ਚਾਹੇ ਅਕਾਲੀ ਦਲ ਵੱਲੋਂ ਹੋ ਰਹੀ ਹੈ ਚਾਹੇ ਉਹ ਬੀਜੇਪੀ ਵੱਲੋਂ ਹੋ ਰਹੀ ਹੈ ਉਸ ਦਾ ਸਿਲਸਿਲਾ ਵੀ ਥੰਮੇਗਾ ਔਰ ਪੰਜਾਬ ਦੇ ਵਿੱਚ ਇੱਕ ਖੁਸ਼ਨਮਾ ਮਾਹੌਲ ਦੇ ਵਿੱਚ ਦੋਨੋਂ ਜਿਹੜੇ ਪਾਰਟੀਆਂ ਨੇ ਅਕਾਲੀ ਦਲ ਬੀਜੇਪੀ ਉਹ ਕੋਸ਼ਿਸ਼ ਉਹਨਾਂ ਦੀ ਰਹੇਗੀ ਕਿ ਜਿਹੜੀ ਆਉਣ ਵਾਲੀ ਵਿਧਾਨ ਸਭਾ ਚੋਣਾਂ ਨੇ 2022 ਦੇ ਵਿੱਚ ਉਹਦੇ ਵਿੱਚ ਇਕੱਠੇ ਲੜਨ ਮਿਲ ਜੁਲ ਕੇ ਔਰ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਰਸਤਾ ਕੱਢ ਸਕਣ ਤੋ ਇਹ ਕੱਲ੍ਹ ਦੀ ਜਿਹੜੀ ਅਹਿਮ ਮੀਟਿੰਗ ਹੈ ਬੜੀ ਮਹੱਤਵਪੂਰਨ ਹੈ ਔਰ ਉਹਦੇ 'ਚ ਇੱਕ ਗੱਲ ਵੀ ਕਲੀਅਰ ਹੋਏਗੀ ਕਿ ਹੁਣ ਬੀਜੇਪੀ ਔਰ ਅਕਾਲੀ ਦਲ ਕਿਸ ਸਟੈਂਡ 'ਤੇ ਰਹਿਣਗੇ ਮਸਲਨ ਕਿ ਉਹ ਕਿੰਨੀਆਂ ਸੀਟਾਂ 'ਤੇ ਲੜਨਗੇ ਇਸ ਗੱਲ ਦਾ ਵੀ ਜਵਾਬ ਕੱਲ੍ਹ ਆ ਸਕਦਾ ਹੈ ਕਿ ਇਹ ਕਿੰਨੀਆਂ ਸੀਟਾਂ 'ਤੇ ਲੜਨਗੇ ਬੀਜੇਪੀ ਵਾਲੇ ਔਰ ਅਕਾਲੀ ਦਲ ਕਿੰਨੇ ਸੀਟਾਂ ਦੇ ਗਠਬੰਧਨ ਦੇ ਵਿੱਚ ਲੜੇਗੀ ਜਾਂ ਫਿਰ ਅੱਡ ਹੋਣੀ ਕੋਈ ਐਸੀ ਗੱਲ ਵੀ ਆ ਸਕਦੀ ਹੈ ਇਹ ਦੇਖਣਾ ਹੋਏਗਾ ਕਿ ਕੱਲ੍ਹ ਕੀ ਹੁੰਦਾ ਕੱਲ੍ਹ ਉਹ ਤੁਹਾਡੇ ਸਾਹਮਣੇ ਇਹ ਗੱਲਾਂ ਸਾਹਮਣੇ ਆਉਣਗੀਆਂ ਅਤੇ ਦੂਸਰੀ ਗੱਲ ਕਰਦੇ ਹਾਂ ਜਿਹੜਾ ਤੁਸੀਂ ਸਵਾਲ ਕੀਤਾ ਭਗਵੰਤ ਮਾਨ ਦਾ ਭਗਵੰਤ ਮਾਨ ਨੇ ਵੀ ਅੱਜ ਇੱਕ ਜਿਹੜਾ ਪ੍ਰੈਸ ਕਾਨਫਰੰਸ 'ਚ ਕਿਹਾ ਨਵਜੋਤ ਸਿੰਘ ਸਿੱਧੂ ਦੀ ਉਹਨਾਂ ਤਾਰੀਫ ਕੀਤੀ ਪਰ ਇਹ ਵੀ ਨਾਲ ਕਹਿਤਾ ਕਿ ਹਜੇ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਸੀਐਮ ਦੇ ਚਿਹਰੇ 'ਤੇ ਉਹਨਾਂ ਨੇ ਕੁਛ ਸਵਾਲ ਖੜ੍ਹੇ ਕੀਤੇ ਹੈ ਉਹਨਾਂ ਦਾ ਭਾਵ ਸੀਗਾ ਕਿ
ਕਿਤੇ ਨਾ ਕਿਤੇ ਰਾਸਤਾ ਦੇਖੋ ਹੁੰਦਾ ਕਿ ਜਦੋਂ ਕੋਈ ਸੀਨੀਅਰ ਲੋਕ ਪਾਰਟੀ 'ਚ ਕਿਸੇ 'ਚ ਹੁੰਦੇ ਆ ਤਾਂ ਉਹ ਨਹੀਂ ਕਦੋਂ ਚਾਹੁੰਦੇ ਕਿ ਕੋਈ ਪਾਰਟੀ ਤੋਂ ਬਾਹਰੋਂ ਆ ਕੇ ਪੰਜਾਬ ਦਾ CM ਬਣ ਜਾਏ ਜਾਂ ਪਾਰਟੀ ਦੀ ਕਿਸੇ ਜਿਹੜੀ ਕਹਿੰਦੇ ਆ ਕਿ ਵੱਡੀ ਕੁਰਸੀ 'ਤੇ ਕਬਜ਼ਾ ਮਾਰ ਲਏ। ਹਰ ਕੋਈ ਚਾਹੁੰਦਾ ਕਿ ਪਾਰਟੀ ਦੇ ਜਿਹੜੇ ਉਹਦੇ ਖਾਸ ਸਿਪਾ ਸਲਾਰ ਨੇ ਜਾਂ ਜਿਹੜੇ ਵੱਡੇ ਲੀਡਰ ਨੇ ਉਹ ਲੋਕ ਹੀ ਉਸ ਸੱਤਾ 'ਚ ਆਉਣ ਜਾਂ ਉਸ ਕੁਰਸੀ ਸੰਭਾਲਣ। ਭਾਵ ਕੀ ਇਹ ਭਗਵੰਤ ਮਾਨ ਦਾ ਕਿਤੇ ਨਾ ਕਿਤੇ ਭਾਵ ਸੀਗਾ ਵੀ ਸੁਖ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਵਧੀਆ ਲੀਡਰ ਨੇ, ਸਾਰਾ ਕੁਛ ਠੀਕ ਹੈ, ਲੇਕਿਨ ਆਪ ਦੇ ਵਿੱਚ CM ਦਾ ਚਿਹਰਾ ਕੋਈ ਖਾਸ ਅਹਿਮੀਅਤ ਨਹੀਂ ਰੱਖਦਾ, ਪਾਰਟੀ ਅਹਿਮੀਅਤ ਰੱਖਦੀ ਹੈ। ਇਹ ਬਿਆਨ ਸਾਫ਼ ਹੈ ਕਿ ਉਹ ਉਹਨਾਂ ਦੀ ਇੱਛਾ ਕਿਤੇ ਨਾ ਕਿਤੇ ਖੁਦ ਵੀ CM ਬਣਨ ਦੀ ਹੈ। ਔਰ ਉਹ ਕਿਉਂ ਚਾਹਣਗੇ ਕਿ ਕੋਈ ਬਾਹਰੋਂ ਆ ਕੇ ਪੰਜਾਬ ਦਾ CM ਬਣੇ, ਉਹਨਾਂ ਨੂੰ ਇਹ ਹੈ ਕਿ ਪੰਜਾਬ ਦੇ ਵਿੱਚ ਮਿਹਨਤ ਉਹ ਕਰ ਰਹੇ ਨੇ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਕੋਈ ਹੋਰ ਵੀ ਉਹਨਾਂ ਤੋਂ ਸੀਨੀਅਰ ਕੋਈ ਆਗੂ ਹੈਗਾ ਤਾਂ ਜੇ ਉਹ ਮਿਹਨਤ ਕਰ ਰਿਹਾ ਤਾਂ ਉਹ ਲੋਕ ਹੀ CM ਬਣਨ ਔਰ ਉਹਦੇ 'ਚ ਬਾਹਰੀ ਬੰਦਾ ਨਾ ਕੋਈ ਆਵੇ, ਇਹਦਾ ਮਤਲਬ ਇਹੀ ਹੈ। ਪਰ ਫਿਲਹਾਲ ਉਹਨਾਂ ਨੇ ਸਾਰੇ ਰਸਤੇ ਵੀ ਖੋਲ੍ਹੇ ਅਤੇ ਕਿਤੇ ਨਾ ਕਿਤੇ ਰਸਤਾ ਬੰਦ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਉਹਨਾਂ ਨੇ ਤਾਰੀਫ ਵੀ ਇਸ ਲਈ ਕਰਤੀ ਕਿ ਕੱਲ੍ਹ ਨੂੰ ਅਗਰ ਨਵਜੋਤ ਸਿੰਘ ਸਿੱਧੂ ਦੀ ਕੋਈ ਗਾਟੀ ਅਰਵਿੰਦ ਕੇਜਰੀਵਾਲ ਨੂੰ ਪੈ ਜਾਂਦੀ ਹੈ ਔਰ ਪੰਜਾਬ ਦੇ CM ਦੇ ਚਿਹਰੇ ਬਣ ਜਾਂਦੇ ਤਾਂ ਕੋਈ ਰੁਕਾਵਟ ਜਾਂ ਕੋਈ ਵਿਰੋਧ ਨਾ ਪੈਦਾ ਹੋਵੇ, ਇਸ ਕਰਕੇ ਉਹਨਾਂ ਨੇ ਇਹੋ ਜਿਹਾ ਬਿਆਨ ਦਿੱਤਾ। ਉੱਧਰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਸਿਆਸਤ ਗਰਮ ਹੈ। ਆਮ ਆਦਮੀ ਪਾਰਟੀ ਨੇ ਅੱਜ ਮੰਗ ਪੱਤਰ ਸੌਂਪਿਆ, ਮੰਗ ਕੀਤੀ ਕਿ ਵਿਧਾਨ ਸਭਾ ਦਾ ਸੈਸ਼ਨ ਵੱਡਾ ਕੀਤਾ ਜਾਵੇ। ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿ ਸਾਰੇ ਹਲਕੇ ਦੀਆਂ ਗੱਲਾਂ, ਵਿਧਾਨ ਸਭਾਵਾਂ ਦੀਆਂ ਗੱਲਾਂ ਵਿਧਾਨ ਸਭਾ 'ਚ ਨਹੀਂ ਹੁੰਦੀਆਂ। 117 ਵਿਧਾਨ ਸਭਾ ਹਲਕੇ ਹੈ, ਕਈ ਵਿਧਾਇਕਾਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ, ਸੈਸ਼ਨ ਛੋਟਾ ਹੁੰਦਾ। ਵੱਡੇ ਸੈਸ਼ਨ ਦੀ ਮੰਗ ਆਮ ਆਦਮੀ ਪਾਰਟੀ ਨੇ ਕੀਤੀ ਹੈ। ਬਿਜਲੀ ਐਗਰੀਮੈਂਟ ਜਿਹੜੇ ਪਿਛਲੀ ਸਰਕਾਰ ਕਰ ਗਈ ਸੀਗੀ ਉਹਨਾਂ ਨੂੰ ਹੁਣ ਇਹ ਸਰਕਾਰ ਹੈ ਉਹਨਾਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ। ਆਉਣ ਵਾਲੇ 25 ਸਾਲਾਂ ਦੇ ਵਿੱਚ 70,000 ਕਰੋੜ ਦਾ ਜਿਹੜਾ ਉਹ ਲੁੱਟ ਪੰਜਾਬ ਦੇ ਲੋਕਾਂ ਦੀ ਹੋ ਜਾਣੀ ਹੈ, ਜਿਹੜੀ ਕਿ ਸਾਨੂੰ ਬਰਦਾਸ਼ਤ ਨਹੀਂ ਹੈ। ਪਿਛਲੇ ਸਮੇਂ ਦੇ ਵਿੱਚ ਸਰਕਾਰ ਦੀ ਨਲੈਕੀ ਔਰ ਮਿਲੀਭੁਗਤ ਦੀ ਵਜ੍ਹਾ ਕਰਕੇ ਇੱਕ ਹਾਈਕੋਰਟ ਦੇ ਵਿੱਚੋਂ ਸੁਪਰੀਮ ਕੋਰਟ ਦੇ ਵਿੱਚੋਂ ਕੇਸ ਆ ਰਹੇ ਨੇ, 1400 ਕਰੋੜ ਉਹਦੇ ਵਾਸਤੇ ਉਹਨਾਂ ਪ੍ਰਾਈਵੇਟ ਕੰਪਨੀਆਂ ਨੂੰ ਦੇਣਾ ਪਿਆ ਅਤੇ ਉਹਦੇ ਨਾਲ 36 ਪੈਸੇ ਰੇਟ ਹੈ ਜਿਹੜਾ ਉਹ ਪੰਜਾਬ ਦੇ ਲੋਕਾਂ ਦੇ ਸਿਰ ਵੱਧ ਗਿਆ ਪਰ ਯੂਨਿਟ। 4200 ਕਰੋੜ ਦੇ ਕੇਸ ਆ ਰਹੇ ਨੇ ਇਹ ਅਤੇ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਤਕਰੀਬਨ 150 ਰੁਪਏ ਹੋਰ ਵੱਧ ਜਾਣਾ ਹੈ। ਸੋ ਜਦੋਂ ਤੱਕ ਇਹ ਹੁਣੇ ਅਸੀਂ ਨਹੀਂ ਕਹਿੰਦੇ ਹੈਗੇ, ਕਾਂਗਰਸ ਦੇ ਕੱਦਾਵਰ ਲੀਡਰ ਜਿੰਨੇ ਮੰਤਰੀ ਪ੍ਰਧਾਨ ਉਹ ਵੀ ਕਹਿਣ ਲੱਗ ਗਏ। ਸੋ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹ ਜਿਹੜੇ PPA ਕੀਤੇ ਨੇ ਪ੍ਰਾਈਵੇਟ ਪਰਚੇਜ਼ ਪਾਵਰ ਪਰਚੇਜ਼ ਐਗਰੀਮੈਂਟ ਇਹ ਰੱਦ ਕਰਨੇ ਚਾਹੀਦੇ ਨੇ, ਇਹ ਸਾਡੀ ਮੰਗ ਹੈ। ਤੀਸਰਾ ਕਨਫਲਿਕਟ ਆਫ ਇੰਟਰਸਟ ਯਾਨੀ ਕਿ ਹਿੱਤਾਂ ਦੇ ਟਕਰਾਅ ਦਾ ਬਿੱਲ ਹੈ ਜਿਹੜਾ ਉਹ ਅਸੀਂ ਸਪੀਕਰ ਸਾਹਿਬ ਨੂੰ ਦੇ ਕੇ ਆਏ ਹਾਂ। ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਹੋਏਗਾ ਕਿ ਰਾਣਾ ਗੁਰਜੀਤ ਜੀ ਖੁਦ ਆਪ ਮਿਨਿਸਟਰ ਸੀਗੇ ਅਤੇ ਉਹਨਾਂ ਦਾ ਮਾਈਨਿੰਗ ਦੇ ਵਿੱਚ ਇੰਟਰਸਟ ਸੀਗਾ। ਪਿਛਲੀ ਸਰਕਾਰ ਦੇ ਵਿੱਚ ਜਿਨ੍ਹਾਂ ਕੋਲ ਟਰਾਂਸਪੋਰਟ, ਉੱਧਰ ਅਕਾਲੀ ਦਲ ਵੀ ਪਿੱਛੇ ਨਹੀਂ ਹੈ। ਅਕਾਲੀ ਦਲ ਵੱਲੋਂ ਵੀ ਅੱਜ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਗਈ ਕਿ ਸੈਸ਼ਨ ਨੂੰ ਵੱਡਾ ਕੀਤਾ ਜਾਵੇ। ਆਮ ਆਦਮੀ ਪਾਰਟੀ ਔਰ ਅਕਾਲੀ ਦਲ ਦੋਹਾਂ ਵੱਲੋਂ ਮੰਗ ਕੀਤੀ ਗਈ ਕਿ ਬਿਜਲੀ ਸਮਝੌਤਿਆਂ 'ਤੇ ਸਰਕਾਰ ਸਪਸ਼ਟ ਰਾਏ ਆਪਣੀ ਰੱਖੇ। ਆਪ ਨੇ ਕਿਹਾ ਸੀ ਕਿ ਬਿਜਲੀ ਸਮਝੌਤੇ ਰੱਦ ਕੀਤੇ ਜਾਣ। ਅਕਾਲੀ ਦਲ ਕਹਿ ਰਿਹਾ ਕਿ ਬਿਜਲੀ ਸਮਝੌਤਿਆਂ 'ਤੇ CBI ਦੀ ਜਾਂਚ ਕਰਾ ਲਓ। ਉਹਨਾਂ ਨੇ ਕੈਪਟਨ ਅਮਰਿੰਦਰ ਦੀ ਸਰਕਾਰ 'ਤੇ ਹੀ ਸ਼ੰਕੇ ਖੜ੍ਹੇ ਕੀਤੇ ਨੇ। ਇਹਨਾਂ ਹਾਲਾਤਾਂ 'ਚ ਅਸੀਂ ਅੱਜ ਸਪੀਕਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਜੇ ਤਾਂ ਤੁਹਾਡਾ ਰਵੱਈਆ ਉਹੀ ਰਹਿਣਾ ਹਾਊਸ ਦਾ ਤਾਂ ਫਿਰ ਐਵੇਂ ਲੋਕਾਂ ਦੇ ਪੈਸੇ ਵੇਸਟ ਨਾ ਕਰੋ, ਕਿਉਂਕਿ ਕਰੋੜ ਕਰੋੜ ਰੁਪਈਆ ਇੱਕ ਦਿਨ 'ਤੇ ਖਰਚ ਹੋਣਾ। ਅਤੇ ਜੇ ਫਰੂਟਫੁੱਲ ਡਿਸਕਸ਼ਨਸ ਹੋਣੀਆਂ ਨੇ, ਜੇ ਲੋਕਾਂ ਦੇ ਅਸਲ ਮੁੱਦੇ ਜੋ ਪੰਜਾਬ ਦੇ ਹਾਲਾਤ ਬਣੇ ਆ, ਕਿਸਾਨਾਂ ਦੇ, ਮੁਲਾਜ਼ਮਾਂ ਦੇ, ਨੌਜਵਾਨਾਂ ਦੇ, ਦਲਿਤ ਭਰਾਵਾਂ ਦੇ, ਬੈਕਵਰਡ ਵੀਰਾਂ ਦੇ, ਇਹ ਬਹਿਬਲ ਕਲਾਂ ਕਾਂਡ ਦੇ, ਮਹਿੰਗੀ ਬਿਜਲੀ ਦੇ, ਅਸੀਂ ਇਹ ਬੜਾ ਵਿਸਤਾਰ ਨਾਲ ਲਿਖ ਕੇ ਦਿੱਤਾ। ਜੇ ਤਾਂ ਇੱਕ ਇੱਕ ਦਿਨ, ਕਿਉਂਕਿ ਇੱਕ ਦਿਨ ਵੀ ਘੱਟ ਹੈ ਇੱਕ ਇੱਕ ਮੁੱਦੇ ਨੂੰ ਲੈ ਕੇ, ਜੇ ਤਾਂ ਉਹ ਡਿਸਕਸ਼ਨ ਕਰਾਉਂਗੇ ਫਿਰ ਤਾਂ ਠੀਕ ਹੈ, ਅਦਰਵਾਈਜ਼ ਇਟ ਇਜ਼ ਅ ਵੇਸਟੇਜ ਆਫ ਪੀਪਲਸ ਮਨੀ ਔਰ ਐਂਡ ਇਟ ਇਜ਼ ਅ ਵੇਸਟੇਜ ਆਫ ਇੰਪੋਰਟੈਂਟ ਰਿਸੋਰਸਿਸ। ਉੱਧਰ ਆਮ ਆਦਮੀ ਪਾਰਟੀ ਦੇ ਤੇਜ਼ ਤਰਾਰ ਵਿਧਾਇਕ ਅਮਨ ਅਰੋੜਾ ਨੇ ਇੱਕ ਵਾਰੀ ਫਿਰ 3 ਪ੍ਰਾਈਵੇਟ ਮੈਂਬਰ ਬਿੱਲ ਵਿਧਾਨ ਸਭਾ ਦੇ ਸਪੀਕਰ ਨੂੰ ਦਿੱਤੇ ਨੇ। ਪ੍ਰਾਈਵੇਟ ਮੈਂਬਰ ਬਿੱਲ ਕੋਈ ਵੀ ਵਿਧਾਇਕ ਪੇਸ਼ ਕਰ ਸਕਦਾ, ਪਰ ਉਸਨੂੰ ਵਿਧਾਨ ਸਭਾ ਦੇ ਪਟਲ 'ਤੇ ਲਿਆਉਣਾ ਹੁੰਦਾ ਸਪੀਕਰ ਨੇ। ਹੁਣ ਮੰਗ ਕਰ ਰਹੇ ਨੇ ਅਮਨ ਅਰੋੜਾ ਕਿ ਮਾਈਨਿੰਗ ਪਾਲਿਸੀ ਪੰਜਾਬ 'ਚ ਬਣਾਈ ਜਾਵੇ ਵਧੀਆ, ਜਿਹਦੇ ਨਾਲ ਮਾਲੀਆ ਆਵੇ ਪੰਜਾਬ ਨੂੰ। ਸ਼ਰਾਬ ਦੇ ਉੱਤੇ ਵੀ ਉਹਨਾਂ ਨੇ ਪ੍ਰਾਈਵੇਟ ਮੈਂਬਰ ਬਿੱਲ ਦਿੱਤਾ, ਪਰ ਕੀ ਵਿਧਾਨ ਸਭਾ ਦੇ ਸਪੀਕਰ ਅਮਨ ਅਰੋੜਾ ਦੇ ਪ੍ਰਾਈਵੇਟ ਮੈਂਬਰ ਬਿੱਲਾਂ ਨੂੰ ਵਿਧਾਨ ਸਭਾ ਦੇ ਪਟਲ 'ਤੇ ਲਿਆਉਣਗੇ? ਇਹ ਆਪਣੇ ਆਪ 'ਚ ਵੱਡਾ ਸਵਾਲ ਹੈ, ਇਤਿਹਾਸ ਗਵਾਹ ਹੈ। ਫੂਲਕਾ ਸਾਹਿਬ ਨੇ ਵੀ ਦਿੱਤਾ ਸੀ, ਪਹਿਲਾਂ ਵੀ ਅਮਨ ਅਰੋੜਾ ਨੇ ਕਈ ਵਾਰੀ ਦਿੱਤਾ, ਇੱਕ ਵਾਰੀ ਖਹਿਰੇ ਨੇ ਵੀ ਦਿੱਤਾ, ਹਰਪਾਲ ਚੀਮਾ ਨੇ ਵੀ ਦਿੱਤਾ, ਪਰ ਪ੍ਰਾਈਵੇਟ ਮੈਂਬਰ ਬਿੱਲ ਪਟਲ 'ਤੇ ਆਉਂਦੇ ਨਹੀਂ। ਬਿਜਲੀ ਐਗਰੀਮੈਂਟ ਜਿਹੜੇ ਪਿਛਲੀ ਸਰਕਾਰ ਕਰ ਗਈ ਸੀਗੀ ਉਹਨਾਂ ਨੂੰ ਹੁਣ ਇਹ ਸਰਕਾਰ ਹੈ ਉਹਨਾਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ। ਆਉਣ ਵਾਲੇ 25 ਸਾਲਾਂ ਦੇ ਵਿੱਚ 70,000 ਕਰੋੜ ਦਾ ਜਿਹੜਾ
ਉਹ ਲੁੱਟ ਪੰਜਾਬ ਦੇ ਲੋਕਾਂ ਦੀ ਹੋ ਜਾਣੀ ਹੈ, ਜਿਹੜੀ ਕਿ ਸਾਨੂੰ ਬਰਦਾਸ਼ਤ ਨਹੀਂ ਹੈ। ਪਿਛਲੇ ਸਮੇਂ ਦੇ ਵਿੱਚ ਸਰਕਾਰ ਦੀ ਨਲੇਕੀ ਔਰ ਮਿਲੀਭੁਗ ਦੀ ਵਜ੍ਹਾ ਕਰਕੇ ਇੱਕ ਹਾਈ ਕੋਰਟ ਦੇ ਵਿੱਚੋਂ ਸੁਪਰੀਮ ਕੋਰਟ ਦੇ ਵਿੱਚੋਂ ਕੇਸ ਆ ਰਹੇ ਨੇ 1400 ਕਰੋੜ ਉਹਦੇ ਵਾਸਤੇ ਉਹਨਾਂ ਪ੍ਰਾਈਵੇਟ ਕੰਪਨੀਆਂ ਨੂੰ ਦੇਣਾ ਪਿਆ ਅਤੇ ਉਹਦੇ ਨਾਲ 36 ਪੈਸੇ ਰੇਟ ਹੈ ਜਿਹੜਾ ਉਹ ਪੰਜਾਬ ਦੇ ਲੋਕਾਂ ਦੇ ਸਿਰ ਵੱਧ ਗਿਆ ਪਰ ਯੂਨਿਟ। 4200 ਕਰੋੜ ਦੇ ਕੇਸ ਆ ਰਹੇ ਨੇ ਇਹ ਅਤੇ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਤਕਰੀਬਨ 150 ਰੁਪਏ ਹੋਰ ਵੱਧ ਜਾਣਾ ਹੈ। ਸੋ ਜਦੋਂ ਤੱਕ ਇਹ ਹੁਣ ਅਸੀਂ ਨਹੀਂ ਕਹਿੰਦੇ ਹੈਗੇ, ਕਾਂਗਰਸ ਦੇ ਕੱਦਾਵਰ ਲੀਡਰ ਜਿੰਨੇ ਮੰਤਰੀ ਪ੍ਰਧਾਨ ਉਹ ਵੀ ਕਹਿਣ ਲੱਗ ਗਏ। ਸੋ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹ ਜਿਹੜੇ PPA ਕੀਤੇ ਨੇ ਪ੍ਰਾਈਵੇਟ ਪਰਚੇਜ ਪਾਵਰ ਪਰਚੇਜ ਐਗਰੀਮੈਂਟ ਇਹ ਰੱਦ ਕਰਨੇ ਚਾਹੀਦੇ ਨੇ, ਇਹ ਸਾਡੀ ਮੰਗ ਹੈ। ਤੀਸਰਾ ਕਨਫਲਿਕਟ ਆਫ ਇੰਟਰਸਟ ਯਾਨੀ ਕਿ ਹਿੱਤਾਂ ਦੇ ਟਕਰਾਅ ਦਾ ਬਿੱਲ ਹੈ ਜਿਹੜਾ ਉਹ ਅਸੀਂ ਸਪੀਕਰ ਸਾਹਿਬ ਨੂੰ ਦੇ ਕੇ ਆਏ ਹਾਂ। ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਹੋਏਗਾ ਕਿ ਰਾਣਾ ਗੁਰਜੀਤ ਜੀ ਖੁਦ ਆਪ ਮਿਨਿਸਟਰ ਸੀਗੇ ਅਤੇ ਉਹਨਾਂ ਦਾ ਮਾਈਨਿੰਗ ਦੇ ਵਿੱਚ ਇੰਟਰਸਟ ਸੀਗਾ। ਪਿਛਲੀ ਸਰਕਾਰ ਦੇ ਵਿੱਚ ਜਿਨ੍ਹਾਂ ਕੋਲ ਟਰਾਂਸਪੋਰਟ ਉੱਧਰ ਮੋਹਾਲੀ ਤੋਂ ਪਟਨਾ ਸਾਹਿਬ ਲਈ ਫਲਾਈਟ ਸ਼ੁਰੂ ਹੋਈ ਹੈ, ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਵੀ ਸਵਾਗਤ ਕੀਤਾ ਹੈ। ਲੰਮੇ ਸਮੇਂ ਤੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ। ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਇਸ ਫੈਸਲੇ 'ਤੇ ਸਰਕਾਰ ਦਾ ਧੰਨਵਾਦ ਕੀਤਾ। ਹਰਦੀਪ ਪੁਰੀ ਭਾਰਤ ਸਰਕਾਰ ਦੇ ਜਿਹੜੇ ਸਿਵਲ ਏਵੀਏਸ਼ਨ ਮੰਤਰੀ ਨੇ ਉਹਨਾਂ ਨੂੰ ਮਿਲ ਕੇ ਧੰਨਵਾਦ ਕੀਤਾ, ਸ਼ੁਕਰਾਨਾ ਕੀਤਾ। ਜਿਹੜੀ ਫਲਾਈਟ ਆਪਣਾ ਅੰਤਰਰਾਸ਼ਟਰੀ ਹਵਾਈ ਅੱਡਾ ਮੋਹਾਲੀ ਤੋਂ ਪਟਨਾ ਸਾਹਿਬ ਲਈ 5 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਆ, ਬੜੇ ਲੰਮੇ ਸਮੇਂ ਤੋਂ ਮੰਗ ਸੀ ਤਖ਼ਤ ਸਾਹਿਬਾਨਾਂ ਨੂੰ ਜੋੜਨਾ ਇੱਕ ਦੂਜੇ ਨੂੰ ਹਵਾਈ ਸੇਵਾ ਨਾਲ। ਮੈਂ ਧੰਨਵਾਦ ਕਰਦਾ ਭਾਰਤ ਸਰਕਾਰ ਦਾ। ਪਹਿਲਾਂ ਨੰਦੇੜ ਸਾਹਿਬ ਨੂੰ ਸਾਡੇ ਕਹੇ 'ਤੇ ਉਹਨਾਂ ਨੇ ਫਲਾਈਟ ਸ਼ੁਰੂ ਕੀਤੀ, ਉਦੋਂ ਹੀ ਸੁਰੇਸ਼ ਪ੍ਰਭੂ ਜੀ ਨੇ ਵਾਅਦਾ ਕੀਤਾ ਸੀ ਕਿ ਕੁਛ ਮਹੀਨਿਆਂ 'ਚ ਹੀ ਅਸੀਂ ਪਟਨਾ ਸਾਹਿਬ ਨੂੰ ਵੀ ਹਵਾਈ ਸੇਵਾ ਰਾਹੀਂ ਜੋੜ ਦਾਂਗੇ। ਭਾਵੇਂ ਕੁਛ ਮਹੀਨੇ ਜ਼ਿਆਦਾ ਲੰਘੇ ਪਰ ਸਾਡੇ ਯਤਨਾਂ ਨੂੰ ਬੂਰ ਪਿਆ ਔਰ ਮੈਂ ਸਮਝਦਾ ਕਿ 5 ਮਾਰਚ ਤੋਂ ਸ਼੍ਰੀ ਪਟਨਾ ਸਾਹਿਬ ਨੂੰ ਹੁਣ ਅੰਤਰਰਾਸ਼ਟਰੀ ਹਵਾਈ ਅੱਡੇ ਮੋਹਾਲੀ ਤੋਂ ਹਵਾਈ ਸੇਵਾ ਸ਼ੁਰੂ ਹੋਏਗੀ। ਪਹਿਲੀ ਫਲਾਈਟ 'ਚ ਜਾਵਾਂਗੇ। ਉਹਨਾਂ ਦਾ ਸ਼ੁਕਰਾਨਾ ਕਰਨ ਲਈ, ਧੰਨਵਾਦ ਕਰਨ ਲਈ ਭਾਰਤ ਸਰਕਾਰ ਦੇ ਸਿਵਲ ਏਵੀਏਸ਼ਨ ਮੰਤਰੀ ਸ਼੍ਰੀ ਹਰਦੀਪ ਪੁਰੀ ਜੀ ਨੂੰ ਅਸੀਂ ਗਏ ਸੀ। ਉੱਧਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਪਾਕਿਸਤਾਨ ਲਈ ਰਵਾਨਾ ਹੋਏ ਨੇ। ਉਹ ਧਾਰਮਿਕ ਸਮਾਗਮਾਂ ਵਿੱਚ ਸ਼ਾਮਿਲ ਹੋਣਗੇ ਅਤੇ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਵੀ ਕਰਨਗੇ। 21 ਫਰਵਰੀ ਨੂੰ ਨਨਕਾਣਾ ਸਾਹਿਬ ਵਿਖੇ ਜਿਹੜੇ ਸ਼ਹੀਦ ਹੋਏ ਸੀ 1921 ਦੇ ਅੰਦਰ ਗੁਰਦੁਆਰੇ ਨੂੰ ਆਜ਼ਾਦ ਕਰਵਾਉਣ ਦੇ ਲਈ ਸਿੱਖ, ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ। ਅਤੇ ਉਸ ਮੌਕੇ ਹੋ ਰਹੇ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਅਸੀਂ ਚੱਲੇ ਹਾਂ, ਜਿੱਥੇ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਨੇ ਆ ਅਤੇ ਬਾਕੀ ਗੁਰੂ ਸਾਹਿਬਾਨ ਗੁਰੂ ਘਰਾਂ ਦੇ ਵੀ ਦਰਸ਼ਨ ਦਾਰੇ ਕਰਕੇ ਜਿਹੜਾ ਹੈਗਾ 24-25 ਤਰੀਕ ਨੂੰ ਵਾਪਸ ਜਿਹੜਾ ਸੀ ਹਿੰਦੁਸਤਾਨ। ਤੁਹਾਡੀ ਅਗਵਾਈ ਹੇਠਲੇ ਸਮਾਗਮ 'ਚ ਹੋਰ ਕੌਣ ਕੌਣ ਸ਼ਾਮਿਲ ਹੈ ਜੀ? ਕੱਲ੍ਹ ਵੀ ਦਿੱਲੀ ਤੋਂ ਸਿੱਖ ਸੰਗਤ ਦਾ ਜੱਥਾ ਜਿਹੜਾ ਆ ਰਿਹਾ, ਅੱਜ ਅਸੀਂ 11-12 ਜਾਣੇ ਚੱਲੇ ਹਾਂ ਅਤੇ ਕੁਛ ਕੱਲ੍ਹ ਨਹੀਂ ਆਉਣਾ। ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਕਿ ਘੱਟ ਗਿਣਤੀਆਂ ਦੇ ਮਨਾਂ ਦੇ ਵਿੱਚ ਸਹਿਮ ਜਿਹੜਾ ਹੈਗਾ ਉਹ ਪੂਰੀ ਦੁਨੀਆ ਦੇ ਅੰਦਰ ਹੀ ਹੈ, ਚਾਹੇ ਕਿਸੇ ਵੀ ਮੁਲਕ ਦੇ ਵਿੱਚ ਘੱਟ ਗਿਣਤੀ ਰਹਿੰਦੀ ਹੈ ਉਹਦੇ ਵਿੱਚ ਮਨ 'ਚ ਸਹਿਮ ਹੈ, ਪਾਕਿਸਤਾਨ 'ਚ ਵੀ ਹੈ, ਹਿੰਦੁਸਤਾਨ 'ਚ ਵੀ ਹੈ। ਕੋਸ਼ਿਸ਼ ਕਰਾਂਗੇ ਜੇ ਕੋਈ ਮਿਲਦਾ ਤਾਂ ਜ਼ਰੂਰ ਪਾਕਿਸਤਾਨ ਦੇ ਵਿੱਚ ਵਾਸਤੇ ਸਿੱਖਾਂ ਜਾਂ ਦੂਸਰੀਆਂ ਜਿਹੜੀਆਂ ਕਮਿਊਨਿਟੀਆਂ ਨੇ ਘੱਟ ਗਿਣਤੀਆਂ ਉਹਨਾਂ ਦੇ ਹੱਕਾਂ ਦੀ ਗੱਲ ਜਿਹੜੀ ਆ ਉਹ ਕੀਤੀ ਜਾਏਗੀ ਜ਼ਰੂਰ। ਕਿਹੜੇ ਕਿਹੜੇ ਗੁਰਧਾਮਾਂ ਦਰਸ਼ਨਾਂ ਲਈ ਜਾਣਾ ਕਰਨੇ ਅਤੇ ਕਦੋਂ ਵਾਪਸੀ ਹੈ ਜੀ? 24-25 ਨੂੰ ਵਾਪਸੀ ਹੈ, ਪੰਜਾਬ ਸਾਹਿਬ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਰੋੜੀ ਸਾਹਿਬ, ਡੇਰਾ ਸਾਹਿਬ ਲਾਹੌਰ, ਇਹਨਾਂ ਸਥਾਨਾਂ ਦੇ ਦਰਸ਼ਨ ਕਰਨ ਦਾ ਮਨ। ਗੁਰਦਾਸਪੁਰ ਵਿੱਚ 8 ਦਿਨ ਤੋਂ ਖੰਡ ਮਿਲ ਦੇ ਬਾਹਰ ਕਿਸਾਨ ਧਰਨਾ ਦੇ ਰਹੇ ਸਨ। ਪੰਜਾਬ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ। ਸਨੀ ਦਿਓਲ ਨਵੇਂ ਗੁਰਦਾਸਪੁਰ 'ਚ ਆਏ ਨੇ, ਕਈ ਦਿਨਾਂ ਤੋਂ ਉਹਨਾਂ ਦਾ ਡੇਰਾ ਗੁਰਦਾਸਪੁਰ ਹੈ। ਸੋ ਕਿਸਾਨਾਂ ਨੇ ਸਨੀ ਦਿਓਲ ਨੂੰ ਵੀ ਮੰਗ ਪੱਤਰ ਦੇ ਦਿੱਤਾ। ਸਨੀ ਦਿਓਲ ਸਾਹਿਬ ਕਹਿੰਦੇ ਮੈਂ ਤੁਹਾਡਾ ਮਸਲਾ ਹੱਲ ਕਰਾਊਂਗਾ। ਹੁਣ ਆਸ ਕਰਦੇ ਹਾਂ ਕਿ ਸਨੀ ਦਿਓਲ ਮੁੜ ਤੋਂ ਮੁੰਬਈ ਜਾਣ ਤੋਂ ਪਹਿਲਾਂ ਇਸ ਮਾਮਲੇ 'ਤੇ ਕਿਸਾਨਾਂ ਦੀ ਗੱਲ ਸੁਣਨ ਅਤੇ ਮਸਲਾ ਹੱਲ ਕਰਾ ਦੇਣ। ਦੇਖੋ ਜੀ, ਅੱਜ ਸਾਨੂੰ 8 ਦਿਨ ਹੋ ਗਏ ਨੇ ਜੋ ਕਿ ਕਿਸਾਨਾਂ ਦਾ 37 ਕਰੋੜ ਰੁਪਇਆ ਖੰਡ ਮਿੱਲਾਂ ਵੱਲ ਬਕਾਇਆ, ਪੂਰੇ ਪੰਜਾਬ ਦੀਆਂ ਮਿੱਲਾਂ ਵੱਲ ਜੋ ਬਕਾਇਆ ਉਹਨੂੰ ਲੈ ਕੇ ਅਸੀਂ ਇੱਥੇ 10 ਤਰੀਕ ਤੋਂ ਬੈਠੇ ਹੋਏ ਹਾਂ। ਅੱਜ 8 ਦਿਨ ਹੋ ਗਏ ਨੇ ਪਰ ਅੱਜ ਤੱਕ ਸਾਡੇ ਕੋਲ ਕੋਈ ਵੀ ਜਿਹੜਾ ਇੱਥੇ ਸਰਕਾਰ ਦਾ ਨੁਮਾਇੰਦਾ ਜਿਹੜਾ ਸਾਡੀ ਗੱਲ ਸੁਣਨ ਵਾਸਤੇ ਨਹੀਂ ਆਇਆ। ਅਤੇ ਅੱਜ ਅਸੀਂ ਜਿਹੜਾ ਇੱਥੇ ਜੋ ਕਿ ਮੈਂਬਰ ਪਾਰਲੀਮੈਂਟ ਹੈ ਗੁਰਦਾਸਪੁਰ ਤੋਂ ਸੰਨੀ ਦਿਓਲ, ਉਹਨਾਂ ਦੀ ਇੱਥੇ ਮੀਟਿੰਗ ਸੀ, ਇੱਕ ਰੈਲੀ ਸੀ, ਉੱਥੇ ਅਸੀਂ ਜਾ ਕੇ ਉਹਨੂੰ ਮੰਗ ਪੱਤਰ ਜਿਹੜਾ ਉਹ ਦੇ ਕੇ ਆਏ। ਅੱਜ ਤੱਕ ਸਾਡੇ ਕੋਈ ਵੀ ਇੱਥੇ ਨਾ ਤਾਂ ਕੋਈ ਵਿਧਾਇਕ ਪਹੁੰਚਿਆ ਪੰਜਾਬ ਸਰਕਾਰ ਦਾ, ਨਾ ਹੀ MP ਸਾਹਿਬ ਪਹੁੰਚੇ ਇੱਥੇ, ਜਿਸ ਕਰਕੇ ਅੱਜ ਬੜੇ ਹੀ ਦੁਖੀ ਹਿਰਦੇ ਨਾਲ ਇੱਥੋਂ ਚੱਲ ਕੇ ਆਪਣਾ ਰੀਲ ਬਲ ਕੇ ਅਤੇ ਸਨੀ ਦਿਓਲ ਤੱਕ ਪਹੁੰਚੇ ਹਾਂ। ਉੱਥੇ ਜਾ ਕੇ ਅਤੇ ਉਹਨਾਂ ਨੂੰ ਇੱਕ ਮੰਗ ਪੱਤਰ ਦੇ ਕੇ ਆਏ ਹਾਂ
ਜਿਹਦੇ ਵਿੱਚ ਸਾਡੀਆਂ ਮੰਗਾਂ ਨੇ ਪੇਮੈਂਟ ਬਾਰੇ ਆ ਜਾਂ ਪਿਛਲਾ ਸਾਡਾ ਮਿੱਲਾਂ ਵੱਲ ਜਿਹੜਾ ਹਾਈ ਕੋਰਟ ਵੱਲੋਂ ਵਿਆਜ ਬਣਿਆ ਹੋਇਆ ਉਹਦੇ ਬਾਰੇ ਆ, ਜੋ ਮਿੱਲ ਦੇ ਵਿੱਚ ਇੱਥੇ ਕਰਪਟ ਅਧਿਕਾਰੀਆਂ ਨੇ ਮਿੱਲ ਨੂੰ ਚੂਨਾ ਲਾਇਆ ਉਹਨਾਂ ਬਾਰੇ ਵੱਖ ਵੱਖ ਮੰਗਾਂ ਨੂੰ ਲੈ ਕੇ ਅਤੇ ਉੱਥੇ ਪਹੁੰਚੇ। ਇੱਕ ਮੰਗ ਸਾਡੀ ਇਹ ਵੀ ਹੈ ਵੀ ਸ਼ੂਗਰ ਮਿੱਲ ਪੰਜਾਬ ਦੀ ਸਮਰੱਥਾ 'ਚ ਵਾਧਾ ਕਰਨ ਬਾਰੇ ਸੀ। ਅਤੇ ਮੌਸਮ ਵਿਗਿਆਨਿਕਾਂ ਦੇ ਹਵਾਲੇ ਨਾਲ ਇੱਕ ਵਾਰੀ ਫਿਰ ਬਹੁਤ ਵੱਡੀ ਖਬਰ ਆਈ ਹੈ। ਮੌਸਮ ਮਾਹਰਾਂ ਦਾ ਕਹਿਣਾ ਹੈ ਕਿ 21 ਅਤੇ 22 ਫਰਵਰੀ ਨੂੰ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਅਤੇ ਕਿਤੇ ਦਰਮਿਆਨੀ ਅਤੇ ਕਿਤੇ ਭਾਰੀ ਮੀਂਹ ਪੈ ਸਕਦਾ। ਸੋ ਖੇਤੀਬਾੜੀ ਮਹਿਕਮੇ ਨੇ ਮੁੜ ਤੋਂ ਠੰਡ ਵਧਣ ਦੀ ਗੱਲ ਦੱਸੀ ਹੈ। ਹਾਲਾਂਕਿ ਉਹਨਾਂ ਨੇ ਕਿਹਾ ਕਿ ਇਹ ਠੰਡ ਕਣਕ ਦੇ ਲਈ ਵੀ ਲਾਹੇਬੰਦ ਸਾਬਤ ਹੋ ਸਕਦੀ ਹੈ। ਸੋ ਖੇਤੀਬਾੜੀ ਮਹਿਕਮਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਖੇਤੀਬਾੜੀ ਮਹਿਕਮੇ ਦੇ ਵਿਗਿਆਨਿਕ ਡਾਕਟਰ ਕੁਲਵਿੰਦਰ ਕੌਰ ਨੇ ਹੋਰ ਕੀ ਕਿਹਾ, ਆਓ ਸੁਣਦੇ ਹਾਂ। ਜਿਹੜੀ ਸਾਨੂੰ ਫੋਰਕਾਸਟ ਆਈ ਹੈ ਉਹਦੇ ਹਿਸਾਬ ਨਾਲ ਹਾਲੇ 21-22 ਫਰਵਰੀ ਤੱਕ ਰਹਿਣ ਦੀ ਸੰਭਾਵਨਾ ਹੈਗੀ ਹੈ। ਸੋ ਇਸ ਵੈਸਟਰਨ ਡਿਸਟਰਬੈਂਸ ਦੇ ਮੱਦੇਨਜ਼ਰ ਹੀ ਜਿਹੜਾ ਦਿਨ ਦਾ ਤਾਪਮਾਨ ਆ ਉਹ ਵੀ ਘਟਣਾ ਸ਼ੁਰੂ ਹੋਏਗਾ, ਔਰ ਜਿਹੜਾ ਰਾਤ ਦਾ ਤਾਪਮਾਨ ਆ ਉਹ ਥੋੜ੍ਹਾ ਜਿਹਾ ਆਉਂਦਾ ਹਾਇਰ ਸਾਈਡ ਹੈ। ਇਸ ਰਾਤ ਵੀ ਆਪਾਂ ਦੇਖ ਰਹੇ ਹਾਂ ਕਿ 9 ਡਿਗਰੀ ਤੱਕ ਟੈਂਪਰੇਚਰ ਚਲਾ ਗਿਆ। ਇਸੇ ਤਰ੍ਹਾਂ ਹੀ ਜਿਵੇਂ ਆਉਣ ਵਾਲੇ ਦਿਨਾਂ ਵਿੱਚ ਵੀ 9-10-11 ਤੱਕ ਟੈਂਪਰੇਚਰ ਮਿਨੀਮਮ ਜਾ ਸਕਦਾ ਹੈ, ਔਰ ਮੈਕਸੀਮਮ ਟੈਂਪਰੇਚਰ ਵੀ ਉਸੀ 2-3 ਡਿਗਰੀ ਜਿਹੜਾ ਉਹ ਘੱਟ ਸਕਦਾ। ਸੋ ਇਹਦੇ ਨਾਲ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਠੰਡ ਹੈਗੀ ਆ ਉਹ ਹਲੇ ਕੰਟੀਨਿਊ ਰਹਿਣ ਦੀ ਸੰਭਾਵਨਾ ਹੈ। ਕਿ ਜਿਸ ਤਰ੍ਹਾਂ ਕਿ ਇਹ ਜਿਹੜਾ ਬਹੁਤ ਜ਼ਿਆਦਾ ਟੈਂਪਰੇਚਰ ਰਾਈਜ਼ ਹੋ ਰਹੇ ਸੀਗੇ ਇਹ ਕਣਕ ਦੀ ਫਸਲ ਲਈ ਕੋਈ ਜ਼ਿਆਦਾ ਫਾਇਦੇਮੰਦ ਨਹੀਂ ਸੀ। ਸੋ ਜਿਵੇਂ ਹੁਣ ਟੈਂਪਰੇਚਰ ਘਟਣਗੇ ਉਹ ਕਣਕ ਦੀ ਫਸਲ ਨੂੰ ਫਾਇਦਾ ਹੀ ਪਹੁੰਚਾਏਗਾ। ਅਤੇ ਇਹ ਸਨ ਹੁਣ ਤੱਕ ਦੀਆਂ ਸੁਰਖੀਆਂ, ਨਵੀਆਂ ਅਤੇ ਤਾਜ਼ੀਆਂ ਸੁਰਖੀਆਂ ਦੇ ਨਾਲ ਫਿਰ ਮੁਲਾਕਾਤ ਹੋਏਗੀ। ਸੁਰਿੰਦਰ ਡੱਲਾ ਨੂੰ ਦਿਓ ਇਜਾਜ਼ਤ ਅਤੇ ਵੇਖਦੇ ਰਹੋ ਈ 9 ਪੰਜਾਬੀ, ਸਾਡੀ ਬੋਲੀ ਸਾਡਾ ਮਾਣ।